हां जी दोस्तों सस्सादर जी स्वागत ला है ने ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Shoal Raipur ਤੇ ਦੋਸਤੋ ਇੱਕ ਨਵੀਂ ਸਹੂਲਤ ਲੈ ਕੇ ਤੁਹਾਡੇ ਤੱਕ ਆਏ ਆ ਤਾਂ ਕਿ ਤੁਸੀਂ ਉਹਨਾਂ ਦਾ ਲਾਭ ਲੈ ਸਕੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਨਈ ਆਏ ਭੈਣ ਭਰਾਵੋ ਨੂੰ ਬੇਨਤੀ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਘਰੇ ਵੀ ਇੰਡੇਨ ਗੈਸ ਕਨੈਕਸ਼ਨ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਈ ਵਾਰ ਅਚਾਨਕ ਗੈਸ ਖਤਮ ਹੋ ਜਾਂਦੀ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋ ਜਾਂਦੀ ਹੈ ਹੁਣ ਤੁਸੀਂ ਘਰ ਬੈਠੇ ਹੀ ਉਸ ਸਮੱਸਿਆ ਦਾ ਹੱ ਔਰ ਦੱਸ ਦਿਆਂ ਕਿ ਤੁਹਾਨੂੰ ਘਰ ਬੈਠੇ ਕਿਵੇਂ ਸਿਲੰਡਰ ਬੁੱਕ ਕਰ ਸਕਦੇ ਹਾਂ ਹਾਂਜੀ ਦੋਸਤੋ ਤੁਸੀਂ ਕਈ ਤਰੀਕਿਆਂ ਨਾਲ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਿੱਧਾ ਬ੍ਰਾਂਚ ਦੇ ਉਹ ਜਿਹੜਾ ਉਹਨਾਂ ਦਾ ਆਫਿਸ ਬਣਿਆ ਹੁੰਦਾ ਹੈ ਠੀਕ ਹੈ ਉੱਥੇ ਜਾ ਕੇ ਵੀ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ ਜਾਂ ਫਿਰ ਆਪਣੇ ਰਜਿਸਟਰ ਮੋਬਾਈਲ ਤੋਂ ਨੰਬਰ ਤੋਂ ਤੁਸੀਂ ਕਾਲ ਕਰਕੇ ਵੀ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ ਰਜਿਸਟਰ ਨੰਬਰ ਤੋਂ ਕਾਲ ਕਿਸ ਨੰਬਰ ਤੇ ਕਰਨੀ ਹੈ ਨੰਬਰ ਤੁਹਾਨੂੰ ਦੱਸ ਦਿਆਂ ਨੋਟ ਕਰ ਲਓ 7718955555 ਦਵਾਰਾ ਨੰਬਰ ਨੋਟ ਕਰੋ ਦੋਸਤੋ 77 18 95 5555 ਨੰਬਰ ਤੇ ਕਾਲ ਕਰਨੀ ਪਵੇਗੀ ਤੁਹਾਨੂੰ ਕੰਪਨੀ ਦੀ ਇਹ ਸਹੂਲਤ ਗ੍ਰਾਹਕਾਂ ਨੂੰ 24 ਘੰਟੇ ਉਪਲਬਧ ਹੈ ਤੁਸੀਂ ਦੋਸਤੋ ਇਸ ਦੇ ਐਪ ਰਾਹੀਂ ਵੀ ਤੁਸੀਂ ਸਿਲੰਡਰ ਬੁੱਕ ਕਰ ਸਕਦੇ ਹੋ ਤੁਸੀਂ ਐਪ ਡਾਊਨਲੋਡ ਕਰਨਾ ਹੈ ਇੰਡੀਅਨ ਔਇਲ ਦਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ ਜਿਹੜਾ ਰਜਿਸਟਰ ਮੋਬਾਈਲ ਨੰਬਰ ਹੈ ਜਾਂ ਉਹਦੇ ਨਾਲ ਜਿਹੜੀ ਕਾਪੀ ਆ ਉਸ ਦੇ ਵਿੱਚ ਆਪਣਾ ਜਿਹੜਾ ਆਈਡੀ ਨੰਬਰ ਲਿਖਿਆ ਹੁੰਦਾ ਗੈਸ ਕਨੈਕਸ਼ਨ ਦਾ ਉਹ ਵੀ ਦੇਣਾ ਹੈ ਉਸ ਤੋਂ ਬਾਅਦ ਆਈਡੀ ਪਾਸਵਰਡ ਬਣ ਜਾਏਗਾ ਤੇ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਜਾ ਕੇ ਐਪ ਦੇ ਵਿੱਚ ਜਾ ਕੇ ਆਪਣਾ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਸ਼ਿਕਾਇਤ ਆਉਂਦੀ ਹੈ ਠੀਕ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਨੇ ਜਾਂ ਫਿਰ ਕੋਈ ਸਮੱਸਿਆ ਹੋ ਸਕਦੀਆਂ ਨੇ ਜਾਂ ਫਿਰ ਸਬਸਿਡੀ ਦੇ ਪੈਸੇ ਨਹੀਂ ਮਿਲੇ ਤਾਂ ਤੁਸੀਂ ਟੋਲ ਫਰੀ ਨੰਬਰ 1823335555 ਤੇ ਕਾਲ ਕਰਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਦੋਸਤੋ ਮਿਲਦੀ ਹੈ ਕੋਈ ਨਵੀਂ ਸਹੂਲਤ ਲੈ ਕੇ ਤੁਹਾਡੇ ਤੱਕ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਸਹੂਲਤ ਦਾ ਲਾਭ ਪਹੁੰਚਦਾ ਰਹੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲੋ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਧੰਨਵਾਦ ਦੋਸਤੋ ਜੈ ਹਿੰਦ ਮਿਲਦੇ ਹਾਂ ਕੋਈ ਨਵੀਂ ਵੀਡੀਓ ਵਿੱਚ